केंद्र सरकार मुर्दाबाद 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 पंजाब सरकार मुर्दाबाद 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 केंद्र सरकार मुर्दाबाद 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 है मोती मर गया मर गया अज हुशियारपुर बिजली विभाग के ठेका मुलाजमान वालों प्रधानमंत्री नरेंद्र मोदी और पंजाब के मुख्यमंत्री भगवंत मान की अर्थी फूक के जोरदार रोष प्रदर्शन किया गया। इस मौके ठेका मुलाजमान वालों एक रोष रैली सर्कल दफ्तर तो लैके स्थानक चौंक तक कढ़ी गई। पंजाब सरकार और केंद्र की भाजपा सरकार विरुद्ध जोरदार नारेबाजी भी हुई। पत्रकारों नाल गलबात दौरान ठेका मुलाजमान ने कहा कि केंद्र सरकार बिजली एक्ट 2020 कई तरह दियां सोधां करके उसनों दुबारा तो लिया रही है, जिसनों अज प्रधानमंत्री वालों सदन च पेश करके मोर लगा दिती जाएगी। उन्होंने कहा कि केंद्र का इको एक एजेंडा बिजली विभाग नूं प्राइवेट हत्थां विच दे वड्डे करानियां दे हत्थ च देण दा फैसला है, जिसका सब तो वध खामियाजा मुलाजमान नूं भुगतना पवेगा ते ठेका मुलाजमान की तनखा मैं 4600 रुपए रह जाएगी। ਇੰਨੀ ਤਨਖਾਹ ਦੇ ਵਿੱਚ ਘਰ ਦਾ ਗੁਜ਼ਾਰਾ ਚਲਾਉਣਾ ਬਹੁਤ ਹੀ ਔਖਾ ਹੋ ਜਾਏਗਾ। ਮੁਲਾਜ਼ਮਾਂ ਨੇ ਕਿਹਾ ਕਿ ਕੇਂਦਰ ਦੇ ਇਸ ਕੰਮ 'ਚ ਭਗਵੰਤ ਮਾਨ ਦੀ ਬਰਾਬਰ ਦੀ ਜ਼ਿੰਮੇਵਾਰੀ ਹੈ, ਕਿਉਂਕਿ ਮੁੱਖ ਮੰਤਰੀ ਵੱਲੋਂ ਕੇਂਦਰ ਦੇ ਇਸ ਬਿੱਲ ਦਾ ਸਮਰਥਨ ਕੀਤਾ ਜਾ ਰਿਹਾ। ਮੁਲਾਜ਼ਮਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਇਹ ਫੈਸਲਾ ਨਾ ਬਦਲਿਆ ਤਾਂ ਉਨ੍ਹਾਂ ਵੱਲੋਂ ਆਉਣ ਵਾਲੇ ਸਮੇਂ 'ਚ ਹੋਰ ਤਿੱਖਾ ਸੰਘਰਸ਼ ਜਾਰੀ ਕੀਤਾ ਜਾਵੇਗਾ। कारण यह है जी, पहला तो असी जाणू करवा दी जी पावर कॉम एंड ट्रांसपोर्ट ठेका मुलाजम यूनियन तो अज पंजाब दे सद्दे दे पूरे पंजाब च कि पूरे हिंदुस्तान दे विच बिजली बोर्ड दे जिहड़े कर्मचारी आ, चाहे वह सरकारी आ चाहे वह ठेके दे भर्ती आ, सारिआं वल्लों अज इह रोस प्रदर्शन किया जा रहा आ। इह तां किया जा रहा कि निजीकरण का जिहड़ा हल्ला आ ਉਹ ਨਰਿੰਦਰ ਮੋਦੀ ਉਹ ਤੇਜ਼ੀ ਨਾਲ ਅੱਗੇ ਲੈ ਕੇ ਜਾ ਰਿਹਾ ਆ ਕਿ ਜਿਹੜੇ ਸਟੇਟਾਂ ਦੇ ਜਿਹੜੇ ਅਦਾਰੇ ਆ, ਸਰਕਾਰੀ ਅਦਾਰੇ ਜਿਵੇਂ ਬਿਜਲੀ ਬੋਰਡ ਲਾ ਲਓ, ਜਲ ਸਪਲਾਈ ਲਾ ਲਓ, ਹੋਰ ਅਦਾਰੇ ਨੇ, ਉਹਨਾਂ ਨੂੰ ਪ੍ਰਾਈਵੇਟੇਸ਼ਨ ਵੱਲ ਜਿਹੜਾ ਧੱਕਣ ਦੀ ਕੋਸ਼ਿਸ਼ ਕਰ ਰਿਹਾ ਆ। ਅੱਜ ਉਹ ਇੱਕ ਆਰਡੀਨੈਂਸ ਲੈ ਕੇ ਆ ਰਿਹਾ ਆਪਣੀ ਵਿਧਾਨ ਸਭਾ ਦੇ ਵਿੱਚ ਕਿ ਜਿਹੜਾ ਬਿਜਲੀ ਸੋਧ ਐਕਟ ਆ, ਜੋ ਕਿ 2020 ਐਕਟ ਆ, ਉਸ ਨੂੰ ਇਹਨਾਂ ਨੇ ਸੋਧ ਕਰਕੇ ਉਹਦੇ ਵਿੱਚ ਹੋਰ ਨਿੱਜੀਕਰਨ ਦੀਆਂ ਵੱਧ ਤੋਂ ਵੱਧ ਅਮੈਂਡਮੈਂਟਾਂ ਕਰਕੇ ਅੱਜ ਉਸਨੇ ਆਪਣੀਆਂ ਵਿਧਾਨ ਸਭਾ ਦੇ ਵਿੱਚ ਲਿਆ ਕੇ ਪੇਸ਼ ਕਰਕੇ ਉਸ ਨੂੰ ਪਾਸ ਕਰ ਰਹੇ ਆ ਅਤੇ ਉਹ ਸੂਬਿਆਂ ਨੂੰ ਵੀ ਮੰਨਣਾ ਪੈਣਾ ਆ। ਜਿੱਥੇ ਤੱਕ ਗੱਲ ਕੀਤੀ ਜਾਵੇ ਭਗਵੰਤ ਮਾਨ ਦੀ, ਇਹਨਾਂ ਦੀ ਸਰਕਾਰ ਦੀ ਆਉਣ ਦੇ ਕੋਈ ਵੀ 1% ਫਾਇਦੇ ਨਹੀਂ, ਕਿਉਂਕਿ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਚੰਡੀਗੜ੍ਹ ਵੀ ਇਹਨਾਂ ਨੇ ਹੱਥ 'ਤੇ ਹੱਥ ਰੱਖ ਕੇ ਮੋਦੀ ਨੇ ਲੈ ਲਿਆ, ਤਾਂ ਭਗਵੰਤ ਮਾਨ ਅਤੇ ਉਹਦੇ 92 MLA ਚੁੱਪ ਰਹੇ, ਕਿਸੇ ਨੇ ਵੀ ਕੋਈ ਆਵਾਜ਼ ਨਹੀਂ ਚੱਕੀ।
ਜਾਂ ਜਿਹੜੇ ਪਾਰਲੀਮੈਂਟ ਵਿੱਚ ਵੀ ਇਹਨਾਂ ਦੇ ਸਾਥੀ ਆਪਣੇ ਭੇਜੇ ਉਹਨਾਂ ਵੱਲੋਂ ਵੀ ਇੱਕ ਚੰਡੀਗੜ੍ਹ ਦੇ ਨਾਂ 'ਤੇ ਜਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਨਾਂ 'ਤੇ ਇੱਕ ਵੀ ਸ਼ਬਦ ਨਹੀਂ ਨਿਕਲਿਆ। ਸੋ ਅੱਜ ਦਾ ਜਿਹੜਾ ਰੋਸ ਮੁਜ਼ਾਹਰਾ ਆ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਸਰਕਾਰੀ ਅਤੇ ਕੱਚੇ ਮੁਲਾਜ਼ਮ ਮਿਲ ਕੇ ਕਰ ਰਹੇ ਆ ਤਾਂ ਕਿ ਜਿਹੜਾ ਨਿੱਜੀਕਰਨ ਦਾ ਹੱਲ ਆ ਉਹ ਇਸ ਨੂੰ ਅਸੀਂ ਰੋਕ ਸਕੀਏ। ਆਉਣ ਵਾਲੇ ਸਮੇਂ ਵਿੱਚ ਜੇਕਰ ਸਾਨੂੰ ਕਿਸਾਨਾਂ ਦਾ ਸਮਰਥਨ ਲੈਣਾ ਪਿਆ ਉਹਨਾਂ ਦੇ ਧਰਨਿਆਂ ਵਿੱਚ ਵੈਸੇ ਵੀ ਸਾਡੀ ਸ਼ਮੂਲੀਅਤ ਰਹਿੰਦੀ ਆ ਅਗਰ ਉਸ ਨਾਲ, ਕਿਉਂਕਿ ਜਦੋਂ ਕਿਸਾਨੀ ਅੰਦੋਲਨ ਦੌਰਾਨ ਵੀ ਇਹ ਨਰਿੰਦਰ ਮੋਦੀ ਜੀ ਆਪਣੇ ਬਿਜਲੀ ਸੋਧ ਬਿੱਲ 2020 ਲੈਣ ਦੀ ਕੋਸ਼ਿਸ਼ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਕਿਸਾਨਾਂ ਦੇ ਡਰ ਨਾਲ ਉਹਨਾਂ ਨੂੰ ਨਹੀਂ ਲਿਆਉਣਾ ਪਿਆ। ਮੁਲਾਜ਼ਮਾਂ ਨੂੰ ਕੀ ਇਹਦਾ ਕੀ ਕਮੀ ਆ, ਕੀ ਇਹਨਾਂ ਨੂੰ ਕੀ ਘਾਟਾ? ਮੁਲਾਜ਼ਮਾਂ ਦੀ ਇਹ ਕਮੀ ਆ, ਇੱਕ ਤਾਂ ਇਹਨਾਂ ਨੇ ਲੇਬਰ ਐਕਟ ਦੇ ਵਿੱਚ ਤਬਦੀਲੀਆਂ ਕਰ ਦਿੱਤੀਆਂ ਕਿ ਜਿਹੜੀ ਸਾਨੂੰ ਘੱਟੋ ਘੱਟ ਉਜਾਗਰਤਾ ਜਿਹੜੀ ਮਿਲਣੀ ਚਾਹੀਦੀ ਹੈ ਤਨਖਾਹ 10,800 ਜੋ DC ਰੇਟ ਹੁੰਦਾ ਆ ਉਹ ਇਹਨਾਂ ਨੇ ਕੀ ਕੀਤਾ ਕਿ ਉਹਨਾਂ ਨੂੰ ਸਾਡੀ ਤਨਖਾਹਾਂ ਦੇ ਵਿੱਚ ਘਟਾ ਕੇ ਕਿ ਇਹਨਾਂ ਨੂੰ ਸਿਰਫ 4600 ਰੁਪਈਆ ਮਹੀਨਾ ਦੇਣਾ ਹੈ ਅਤੇ EPF ਫੰਡ ਜਿਹੜੇ ਕੱਟ ਹੁੰਦੇ ਸਾਡੇ ਉਹਨਾਂ 'ਚ ਇਹਨਾਂ ਨੇ ਵਾਧਾ ਕਰ ਦਿੱਤਾ। ਅੱਜ ਦੀ ਮਹਿੰਗਾਈ ਦੇ ਵਿੱਚ 4600 ਰੁਪਏ ਵਿੱਚ ਘਰ ਚਲਾਉਣਾ ਕਿੰਨਾ ਔਖਾ, ਬਹੁਤ ਹੀ ਜ਼ਿਆਦਾ ਮੁਸ਼ਕਲ ਆ। ਇਸ ਕਰਕੇ ਜਿਹੜੀਆਂ ਇਹ ਸਾਰੀਆਂ ਨੀਤੀਆਂ ਨਰਿੰਦਰ ਮੋਦੀ ਲਿਆ ਰਿਹਾ ਸਾਰੇ ਕਾਰਪੋਰੇਟਾਂ ਦੇ ਪੱਖ ਵਿੱਚ ਨੇ, ਇਹ ਸਭ ਕੁਝ ਇਹਨਾਂ ਨੂੰ ਪੰਜਾਬ ਸਰਕਾਰ ਦੀ ਵੀ ਇਹ ਬਹੁਤ ਵੱਡੀ ਨਲੈਕੀ ਆ, ਭਗਵੰਤ ਮਾਨ ਦੀ ਵੀ ਬਹੁਤ ਵੱਡੀ ਨਲੈਕੀ ਆ ਕਿ ਉਸ ਨੂੰ ਵੋਟਾਂ ਸਿਰਫ ਪੰਜਾਬ ਦੇ ਲੋਕਾਂ ਨੇ ਪਾਈਆਂ, ਨਾ ਕਿ ਦਿੱਲੀ ਨੇ ਪਾਈਆਂ ਜਾਂ ਕਿਸੇ ਹੋਰ ਨੇ ਪਾਈਆਂ। ਭਗਵੰਤ ਮਾਨ ਵੱਲੋਂ ਦੁਹਾਈਆਂ ਦਿੱਤੀਆਂ ਜਾਂਦੀਆਂ ਉਹਦੇ ਮੰਤਰੀਆਂ ਵੱਲੋਂ, ਵਜ਼ੀਰਾਂ ਵੱਲੋਂ, ਬੰਦਵੇਂ MLA ਵੱਲੋਂ ਕਿ ਜਿਹੜੀ ਮੁਲਾਜ਼ਮਾਂ ਦਾ ਆਪਾਂ ਸੋਚ ਰਹੇ ਹਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵੀ ਜਿਹੜੀ ਪ੍ਰਕਿਰਿਆ ਚਾਲੂ ਕਰ ਦਿੱਤੀ ਗਈ ਹੈ। ਪ੍ਰਕਿਰਿਆ 36,000 ਮੁਲਾਜ਼ਮ ਆਪਾਂ ਪਹਿਲੇ ਵੀ ਧਿਆਨ 'ਚ ਲਿਆਂਦਾ ਸੀਗਾ ਕਿ ਇਹ 36,000 ਮੁਲਾਜ਼ਮ ਉਹੀ ਫਾਈਲ ਚੰਨੀ ਵੀ ਚੱਕੀ ਫਿਰਦਾ ਸੀਗਾ ਕਿ 36,000 ਮੁਲਾਜ਼ਮ ਪੱਕੇ ਕਰਨੇ ਆ, ਲੇਕਿਨ 36,000 ਮੁਲਾਜ਼ਮ ਕੀ 36 ਬਿਜਲੀ ਬੋਰਡ ਦਾ ਦਾਇਰਾ ਜੋ ਕਿ ਲੋਕਾਂ ਦੀਆਂ ਸਹੂਲਤਾਂ ਦਾ ਦਾਇਰਾ ਆ ਕਿ ਲੋਕਾਂ ਨੂੰ ਘਰ ਘਰ ਬਿਜਲੀ ਸਪਲਾਈ ਹੁੰਦੀ ਆ, ਹੋਰ ਜਲ ਸਪਲਾਈ ਵਾਲੇ ਕੰਮ ਆ ਸਾਡੇ ਘਰ ਘਰ ਤੱਕ ਪਾਣੀ ਪਹੁੰਚਾਉਂਦੇ ਆ, ਲੇਕਿਨ ਉਹਨਾਂ ਦੀ ਅੱਜ ਕਦਰ ਨਹੀਂ ਪਾ ਰਹੇ ਇਹ ਸੂਬਾ ਸਰਕਾਰ ਵੀ ਅਤੇ ਕੇਂਦਰ ਸਰਕਾਰ ਵੀ ਕਿ ਜੋ ਗਰਾਊਂਡ ਲੈਵਲ 'ਤੇ ਕੰਮ ਕਰਦੇ ਨੇ ਸਾਥੀ ਉਹ ਤਾਂ ਇਹ ਨੇ ਕਿਉਂਕਿ ਜਿਹੜੇ ਅਫਸਰ ਨੇ ਉਹਨਾਂ ਦਾ ਤਾਂ ਸਿਰਫ ਇੱਕ ਹੁਕਮ ਹੀ ਝਾੜਨਾ ਹੈ ਕਿ ਆਪਣੇ ਦਫ਼ਤਰਾਂ ਵਿੱਚ ਬੈਠ ਕੇ ਕਿ ਇਹ ਕੰਮ ਹੋਣਾ ਚਾਹੀਦਾ ਹੈ। ਲੇਕਿਨ ਸੀ ਆਪਦੀ ਸਰਕਾਰ ਜਦੋਂ ਬਣੂਗੀ ਤਾਂ ਧਰਨੇ ਲਾਉਣ ਦੀ ਲੋੜ ਨਹੀਂ ਪਊਗੀ ਕਿਸੇ ਨੂੰ, ਤਾਂ ਤੁਸੀਂ ਅੱਜ ਧਰਨਾ ਲਾ ਰਹੇ ਹੋ, ਕੀ ਮੈਸੇਜ ਆ ਮਾਨ ਸਾਹਿਬ ਨੂੰ? ਮਾਨ ਸਾਹਿਬ ਨੂੰ ਤਾਂ ਇਹੀ ਮੈਸੇਜ ਆ, ਅਸੀਂ ਸਾਡੀ ਪਿੱਛੇ ਜੇ ਅਸੀਂ ਸੰਗਰੂਰ ਤੋਂ ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ ਕਰਕੇ ਇੱਕ 8 ਸਾਲ ਦੀ ਬੱਚੀ ਦਾ ਲਾਠੀ ਚਾਰਜ ਹੋਇਆ ਉਸੇ ਭਗਵੰਤ ਮਾਨ ਦੇ ਘਰ ਦੇ ਮੋਹਰੇ, ਉਸ ਦੇ ਦੌਰਾਨ ਸਾਨੂੰ ਮੀਟਿੰਗ ਮਿਲੀ। ਪਹਿਲੀ ਗੱਲ ਤਾਂ ਇਹ ਮੀਟਿੰਗ ਹੀ ਨਹੀਂ ਕਰਦੇ ਕਿ ਅਸੀਂ ਨਹੀਂ ਕੱਚੇ ਮੁਲਾਜ਼ਮਾਂ ਨਾਲ ਮੀਟਿੰਗ ਕਰਦੇ, ਨਾ ਹੀ ਆਊਟਸੋਰਸਿੰਗ ਵਾਲਿਆਂ ਨਾਲ। ਖਾਸ ਕਰ ਵੋਟਾਂ ਤੋਂ ਪਹਿਲੇ ਇਹਨਾਂ ਨੇ ਕਿਹਾ ਸੀ ਕਿ ਅਸੀਂ ਆਊਟਸੋਰਸਿੰਗ ਦੇ ਕੱਚੇ ਮੁਲਾਜ਼ਮ ਸਾਰੇ ਚਾਹੇ ਜਿਹੜੀ ਮਰਜ਼ੀ ਕੈਟਾਗਰੀ ਦੇ ਨੇ ਅਸੀਂ ਕਾਨੂੰਨ ਬਣਾਵਾਂਗੇ, ਅਸੀਂ ਉਹਨਾਂ ਨੂੰ ਪੱਕੇ ਕਰਾਂਗੇ, ਲੇਕਿਨ ਸਰਕਾਰ ਭੱਜਦੀ ਨਜ਼ਰ ਆ ਰਹੀ ਆ ਕਿਉਂਕਿ 36,000 ਮੁਲਾਜ਼ਮ ਦਾ ਢਿੰਡੋਰਾ ਪਿੱਟਿਆ ਜਾ ਰਿਹਾ ਆ। ਉਹ 36,000 ਵਿੱਚ ਇਹ 36 ਬੰਦੇ ਵੀ ਗਿਣਾ ਦੇਣ ਕਿ ਜੇ 36,000 ਵਿੱਚ ਬੰਦੇ 36 ਬੰਦੇ ਵੀ ਪੱਕੇ ਹੋਣਗੇ। ਠੀਕ ਹੈ।